हेलो गाइस, हाउ आर यू। माय नेम इज गगनदीप सिंह एंड वेलकम इन द पंजाबी ट्यूटर। सो अपनी जो वीडियोस चली जाती है, मैं तुहानू रीडिंग दा प्लान देता 18 दिसंबर नू जिन्हां दा पेपर आ, ते मैं तुहानू राइटिंग ते लिसनिंग इन्हां तिन्नां दे प्लान मैं तुहानू दे चुका वां। अज गल करदे आं आपां स्पीकिंग ते। ये वीडियो सारे स्टूडेंट्स दे लई आ जो सिर्फ 21 ਤੋਂ 22 ਦਿਨਾਂ ਦੇ ਵਿੱਚ ਵਿੱਚ ਆਪਣੀ ਸਪੀਕਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਆ। ਸੋ ਜੇ ਮੈਂ ਗੱਲ ਕਰਾਂ ਬਾਕੀ ਮੋਡਿਊਲਸ ਦੇ ਵਿੱਚ, ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਤੁਸੀਂ 20 ਤੋਂ 22 ਦਿਨਾਂ 'ਚ ਇੰਪਰੂਵ ਕਰ ਸਕਦੇ ਹੋ। ਸਪੀਕਿੰਗ ਇੱਕ ਇੱਦਾਂ ਦਾ ਮੋਡਿਊਲ ਆ ਜਿਹਨੂੰ ਤੁਸੀਂ ਕੋਈ ਜ਼ਿਆਦਾ ਹਾਈ ਲੈਵਲ ਦਾ ਫਰਕ ਨਹੀਂ ਪੈ ਸਕਦਾ। ਜਿੱਦਾਂ ਤੁਹਾਡੀ ਸਕਿੱਲ ਟਿਕੀ ਹੋਈ ਆ ਉਹਦੇ ਤੋਂ ਤੁਸੀਂ ਥੋੜ੍ਹਾ ਜਿਹਾ ਜ਼ਿਆਦਾ ਫਰਕ ਜ਼ਰੂਰ ਪਾ ਸਕਦੇ ਹੋ। ਫੋਰ ਐਗਜ਼ਾਮਪਲ, ਜੇ ਤੁਹਾਡੀ ਸਪੀਕਿੰਗ 6 ਬੈਂਡ ਵਾਲੀ ਆ, ਤੁਸੀਂ ਉਹਨੂੰ 6.5 ਬੈਂਡ ਵਾਲੀ ਕਰ ਸਕਦੇ ਹੋ, ਅਤੇ ਜੇ ਉਹ 6.5 ਬੈਂਡ ਵਾਲੀ ਆ, ਤੁਸੀਂ ਉਹਨੂੰ 7 ਬੈਂਡ 'ਤੇ ਲੈ ਕੇ ਜਾ ਸਕਦੇ ਹੋ। ਉਹਦੀਆਂ ਅੱਜ ਆਪਾਂ ਗੱਲ ਕਰਾਂਗੇ 20 ਦਿਨਾਂ ਦੇ ਵਿੱਚ ਦੀ ਕਿਹੜੀ ਚੀਜ਼ ਕੀਤੀ ਜਾਵੇ ਕਿ ਤੁਹਾਡੀ ਸਪੀਕਿੰਗ ਉੱਥੇ ਕਰੈਕ ਹੋ ਜਾਵੇ। ਸੋ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਕੀ ਕਰਨਾ, ਤੁਹਾਡੇ ਕੋਲ ਕੱਲ੍ਹ ਤੋਂ ਗਿਣਤੀ ਦੇ 21, 20 ਤੋਂ 21 ਲੈਣਾ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਹਾਊ ਡੂ ਯੂ ਫੀਲ ਵੈਨ ਯੂ ਸੀ ਦਾ ਫਲਾਰ, ਵੈਲ ਸਰ ਆਈ ਫੀਲ ਹੈਪੀ। ਵੈਲ 5.5 ਬੈਂਡ ਦਾ ਆਨਸਰ ਹੈ। ਜੇ ਮੈਂ ਤੁਹਾਨੂੰ ਕਹਾਂ ਕਿ ਹਾਊ ਰੋਬੋਟਸ ਕੈਨ ਚੇਂਜ ਦਾ ਸੋਸਾਇਟੀ ਸਿਗਨੀਫਿਕੈਂਟਲੀ, ਵੈਲ ਰੋਬੋਟਸ ਆਰ ਵੈਰੀ ਹੈਲਪਫੁਲ ਐਂਡ ਦੇ 5.5 ਬੈਂਡ ਦਾ ਆਨਸਰ ਹੈ ਸਾਰੇ। ਤਾਂ ਕੀ ਕਰਨਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇੱਦਾਂ ਦੇ ਆਨਸਰ ਮੈਨੂੰ ਨਹੀਂ ਆਉਂਦੇ ਗੇ, ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੇ ਕਈ ਟੋਪਿਕ ਆ ਜਿਨ੍ਹਾਂ ਦੇ ਵਿੱਚੋਂ ਮੈਂ ਰੁਕ ਜਾਂਦਾ, ਅੜ ਜਾਂਦਾ ਵਾਂ, ਤਾਂ ਕੀ ਕਰਨਾ, ਉਹਨਾਂ 'ਤੇ ਕੱਲ੍ਹ ਪਹਿਲਾਂ ਟਿੱਕ ਲਾਓ। ਇੰਟਰੋ ਦੇ ਵਿੱਚੋਂ ਦੇਖੋ ਕਿ ਤੁਹਾਡੀ ਕਿਹੜੇ ਟੋਪਿਕਸ 'ਤੇ ਕਮਾਂਡ ਹੈ ਨਹੀਂ ਗੀ। ਉਹਨਾਂ ਵਿੱਚੋਂ ਕਈ ਟੋਪਿਕਸ ਨਿਕਲ ਕੇ ਆਉਣਗੇ, ਜਿਵੇਂ ਕਿ ਮਿਰਰ ਹੋ ਗਿਆ, ਫਿਰ ਕੰਸਨਟ੍ਰੇਸ਼ਨ ਹੋ ਗਿਆ, ਫਲਾਰ ਹੋ ਗਿਆ, ਰੋਬੋਟਸ ਹੋ ਗਿਆ, ਰੇਨੀ ਡੇਜ਼ ਹੋ ਗਿਆ। ਇੱਦਾਂ ਦਿਆਂ ਦੀ ਜੋ ਟੋਪਿਕ ਆ ਉਹਨਾਂ ਦੀ ਲਿਸਟ ਬਣਾ ਲਓ, ਉਹਨਾਂ 'ਤੇ ਟਿੱਕ ਲਾ ਲਓ, ਅਤੇ ਇੱਕ ਦਿਨ ਦੇ ਵਿੱਚ 3-3 4-4 ਤਿਆਰ ਕਰਨੇ ਸ਼ੁਰੂ ਕਰ ਦਿਓ। ਗੂਗਲ 'ਤੇ ਜਾ ਕੇ ਸਰਚ ਮਾਰੋ, ਜਾਂ ਕਿਸੇ ਬੁੱਕ ਦੀ ਹੈਲਪ ਲਓ, ਵਰਡ ਉਹਨਾਂ ਦੇ ਆਨਸਰ ਤੁਸੀਂ ਕਿਸੇ ਵੀ ਵੈਬਸਾਈਟ ਤੋਂ ਪੜ੍ਹ ਸਕਦੇ ਹੋ, ਯਾਦ ਨਹੀਂ ਰੱਖਣੇ, ਆਈਡੀਆ ਲੈ ਸਕਦੇ ਹੋ, ਕੋਈ ਵਰਡ ਚੱਕ ਸਕਦੇ ਹੋ, ਆਪਣਾ ਖੁਦ ਆਨਸਰ ਬਣਾ ਕੇ ਦੇਖੋ। ਮੇਨ ਕੀ ਕਰਨਾ, ਇੰਟਰੋ ਦੇ ਜਿਹੜੇ ਟੋਪਿਕ ਤੁਹਾਡੇ ਵੀਕ ਆ ਉਹਨਾਂ 'ਤੇ ਕਮਾਂਡ 20 ਤੋਂ 21 ਦਿਨਾਂ ਦੇ ਵਿੱਚ ਕਰ ਲਓ, ਤਾਂ ਕਿ ਜੇ ਸਾਡੇ ਤੋਂ ਪੁੱਛੇ ਜਾਣ ਤਾਂ ਅਸੀਂ ਫਲੂਐਂਟ ਆਨਸਰ ਦਈਏ। ਦੂਸਰੇ ਨੰਬਰ 'ਤੇ ਸਭ ਤੋਂ ਵਧੀਆ ਚੀਜ਼ ਜੋ ਤੁਹਾਡੀ ਸਪੀਕਿੰਗ ਨੂੰ ਇੰਪਰੂਵ ਵੀ ਕਰੂਗੀ ਅਤੇ ਤੁਹਾਡਾ ਰੋਜ਼ ਟਾਈਮ ਪਾਸ ਵੀ ਹੋ ਜੂਗਾ ਉਹਦੇ ਨਾਲ, ਤਾਂ ਉਹ ਇਹ ਆ ਕਿ ਯੂਟਿਊਬ 'ਤੇ ਜਾ ਕੇ ਇੰਗਲਿਸ਼ ਸਪੀਕਿੰਗ ਸਕਸੈਸ ਚੈਨਲ ਆ ਯੂਟਿਊਬ ਦਾ, ਉਹਨੂੰ ਸਰਚ ਮਾਰੋ। ਬਾਅਦ 'ਚੋਂ ਜਾ ਕੇ ਪਲੇ ਸਟੋਰ 'ਤੇ ਤੁਹਾਨੂੰ ਇੱਕ ਫੋਲਡਰ ਦਿਖੂਗਾ ਜਿਹਦੇ ਵਿੱਚ ਹੋਊਗਾ ਕਿ ਯਾਨੀ ਕਿ ਲਾਈਵ ਸੈਸ਼ਨਸ, ਉਹਨਾਂ ਮੈਂ ਜਾਓ 86 ਵੀਡੀਓ 86 ਵੀਡੀਓਜ਼ ਤੁਹਾਨੂੰ ਦਿਖਣਗੀਆਂ, ਸਕਰੀਨ 'ਤੇ ਸ਼ੋ ਹੋ ਰਿਹਾ ਹੋਊਗਾ ਤੁਹਾਡੇ। ਇਹ ਬੜੀਆਂ ਜ਼ਿਆਦਾ ਹੈਲਪਫੁਲ ਆ, ਮੈਨੂੰ ਜੋ ਚੀਜ਼ ਵੈਲਿਊਏਬਲ ਲੱਗਦੀ ਆ ਮੈਂ ਤੁਹਾਨੂੰ ਰੈਕਮੈਂਡ ਕਰ ਦਿੰਦਾ, ਕਿਉਂਕਿ ਮੈਂ ਚਾਹੁੰਦਾ ਹੁੰਦਾ ਕਿ ਤੁਹਾਡੇ ਬੈਂਡ ਆਉਣ। ਸੋ ਇਹ ਚੀਜ਼ ਤੁਸੀਂ ਇਹਨਾਂ ਨੇ ਇਕੱਲੇ ਇਕੱਲੇ ਟੋਪਿਕ 'ਤੇ ਗੱਲ ਕੀਤੀ ਹੈ, ਜਦੋਂ ਵੀ ਫ੍ਰੀ ਹੋ ਅੱਧਾ ਘੰਟਾ ਜਾਂ 40 ਮਿੰਟ ਲਈ ਇਹਨਾਂ ਦੀਆਂ ਵੀਡੀਓ ਇੱਕ ਇੱਕ ਟੋਪਿਕ 'ਤੇ ਦੇਖੋ, ਤਾਂ ਕਿ ਤੁਸੀਂ ਸੁਣ ਕੇ ਦੇਖੋ। ਸਪੀਕਿੰਗ ਦਾ ਬੈਸਟ ਵੇ ਇੰਪਰੂਵ ਕਰਨ ਦਾ ਹੁੰਦਾ ਸੁਣ ਕੇ, ਜਿੰਨਾ ਜ਼ਿਆਦਾ ਸੁਣੋਗੇ ਉਨੀ ਜ਼ਿਆਦਾ ਸਪੀਕਿੰਗ ਇੰਪਰੂਵ ਹੋਊਗੀ। ਸੋ ਇਹਨਾਂ ਦੀਆਂ ਵੀਡੀਓਜ਼ ਡੇਲੀ ਬੇਸਿਸ 'ਤੇ ਸੁਣੋ, ਇਹ ਪਲੇਲਿਸਟ ਨੂੰ ਘੋਲ ਕੇ ਪੀ ਜਾਓ, ਇਹਨਾਂ ਨੂੰ ਜਦੋਂ ਵੀ ਫ੍ਰੀ ਹੋ ਆਪਣੇ ਕੰਨਾਂ 'ਚ ਹੈੱਡਫੋਨ ਲਾਓ, ਇਹਨਾਂ ਨੂੰ ਸੁਣਨ ਬਹਿ ਜਾਓ। ਆਪਣੇ ਕਿਊ ਕਾਰਡ ਦੀ ਹੋ ਸਕੇ ਤਾਂ ਪਲੈਨਿੰਗ ਸਾਰਿਆਂ ਦੀ ਬਣਾ ਕੇ ਰੱਖ ਲਓ, ਕਿਉਂਕਿ ਉੱਥੇ ਤੁਸੀਂ ਲਾਈਨਾਂ ਬਣਾ ਸਕਦੇ ਹੋ ਬਟ ਪਲੈਨ ਖੜ੍ਹੇ ਪੈਰ ਨਹੀਂ ਬਣਦਾ ਉੱਥੇ। ਸਾਰਿਆਂ ਕਿਊ ਕਾਰਡਸ ਦਾ ਆਪਣਾ ਜੋ ਪਲੈਨ ਆ ਉਹ ਆਪਣੇ ਮਾਇੰਡ ਦੇ ਵਿੱਚ ਰੱਖ ਲਓ, ਘਰ ਉਹਨੂੰ ਬੋਲ ਬੋਲ ਕੇ ਦੇਖੋ। ਜੇ ਇਕੱਲੇ ਜ਼ਰੂਰੀ ਨਹੀਂ ਤੁਹਾਡੇ ਕੋਲ ਸਪੀਕਿੰਗ ਦਾ ਕੋਈ ਪਾਰਟਨਰ ਹੋਣਾ ਚਾਹੀਦਾ, ਇਕੱਲੇ ਤੁਸੀਂ ਯਾਨੀ ਕਿ 15-20 ਮਿੰਟ ਆਪਣੇ ਮਾਇੰਡ ਦੇ ਵਿੱਚ ਜਾਂ ਉੱਚੀ ਬੋਲ ਕੇ ਜਾਂ ਸਿਰਫ ਆਪਣੇ ਮਨ ਦੇ ਵਿੱਚ ਹੀ ਤੁਸੀਂ ਬੋਲ ਬੋਲ ਕੇ ਦੇਖ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਕਰਨ ਨਾਲ ਤੁਹਾਡੇ 20-21 ਦਿਨਾਂ ਦੇ ਵਿੱਚ ਸਪੀਕਿੰਗ ਦੀ ਜਿਹੜੀ ਇੰਪਰੂਵਮੈਂਟ ਆ ਉਹ ਤੁਹਾਨੂੰ ਦਿਖੂਗੀ। ਬਟ ਸ਼ਰਤ ਹੋਣੀ ਚਾਹੀਦੀ ਹੈ ਕਿ ਤੁਸੀਂ ਇੰਟਰੋ ਦੇ ਟੋਪਿਕ ਜਿਹੜੇ ਔਖੇ ਲੱਗਦੇ ਉਹਨਾਂ ਨੂੰ ਕੱਢ ਕੇ ਤਿਆਰ ਕਰੋ, ਅਤੇ ਆਹ ਜਿਹੜਾ ਮੈਂ ਤੁਹਾਨੂੰ ਚੈਨਲ ਦੱਸਿਆ ਇਹਨੂੰ ਤੁਸੀਂ ਵੱਧ ਤੋਂ ਵੱਧ ਸੁਣੋ। ਇਹ ਚੀਜ਼ ਤੁਸੀਂ 20-21 ਦਿਨ ਦੇ ਵਿੱਚ ਕਰਨੀ ਆ, ਹੋਰ ਕੋਈ ਇੱਦਾਂ ਦੀ ਕੋਈ ਜਾਦੂ ਵਾਲੀ ਟ੍ਰਿਕ ਨਹੀਂ ਗੀ ਜਿਹਦੇ ਨਾਲ ਤੁਹਾਡੀ ਸਪੀਕਿੰਗ ਬਹੁਤ ਜ਼ਿਆਦਾ ਚੇਂਜ ਹੋ ਜਾਵੇ। ਥੋੜ੍ਹਾ ਜਿਹਾ ਫਰਕ ਪੈ ਸਕਦਾ ਵਾ, ਇਕੱਲੇ ਬਹਿ ਕੇ ਕਿਊ ਕਾਰਡ ਨੂੰ ਬੋਲ ਕੇ ਦੇਖੋ, ਤੁਸੀਂ ਕੁਐਸਚਨ ਨੂੰ ਬਣਾ ਕੇ ਦੇਖੋ, ਕਿਉਂਕਿ ਤੁਹਾਡੇ ਕੋਲ ਕੋਈ ਸੁਣਨ ਵਾਲਾ ਤਾਂ ਹੈ ਨਹੀਂ ਗਾ, ਬਟ ਤੁਸੀਂ ਤੁਹਾਨੂੰ ਆਪੇ ਹੀ ਆਪਣੇ ਆਪ ਨੂੰ ਖੁਦ ਨੂੰ ਸੁਣਾਉਣੇ ਪੈਣੇ ਆ। ਸਰ ਸਾਡੀ ਸਰ ਗਲਤੀ ਕਿੱਥੇ ਆ, ਸਾਨੂੰ ਕਿਵੇਂ ਪਤਾ ਲੱਗੂਗਾ ਗਲਤੀ ਤੁਹਾਡੀ ਕਿੱਥੇ ਆ? ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੋਟ ਕਰ ਸਕਦੇ, ਹੁਣ ਬਾਹਲੀ ਵੱਡੀ ਚੀਜ਼ ਤਾਂ ਤੁਸੀਂ ਨੋਟ ਨਹੀਂ ਕਰ ਸਕਦੇ ਨਾ। ਦੇਖੋ ਕਿ ਮੈਂ ਜੋ ਕੁਐਸਚਨ ਪੜ੍ਹਿਆ ਸੀ, ਆਨਸਰ ਮੈਂ ਜੋ ਦੇ ਰਿਹਾ ਵਾਂ, ਕੀ ਮੈਂ ਇਹਦਾ ਟੈਂਸ ਮੈਚ ਕੀਤਾ ਸੀ ਜਾਂ ਨਹੀਂ? ਜਿਹਦੇ ਵਿੱਚ ਮੈਨੂੰ ਆਨਸਰ ਪੁੱਛਿਆ ਉਹ ਸੇਮ ਟੈਂਸ ਦੇ ਵਿੱਚ ਮੈਂ ਆਨਸਰ ਦਿੱਤਾ ਕਿ ਨਹੀਂ? ਮੈਨੂੰ ਉਹਨਾਂ ਨੇ ਸੁਜੈਸ਼ਨ ਪੁੱਛਿਆ ਕਿ ਮੈਂ ਸੁਜੈਸ਼ਨ ਦਿੱਤਾ? ਉਹਨਾਂ ਨੇ ਮੇਰੇ ਤੋਂ ਕੈਨ ਵਿੱਚ ਆਨਸਰ ਪੁੱਛਿਆ ਕਿ ਮੈਂ ਕੈਨ ਲਾਇਆ? ਉਹਨਾਂ ਨੇ ਮੇਰੇ ਤੋਂ ਪਾਸਟ ਵਿੱਚ ਮੈਂ ਹੁਣੀ ਆਪਣੇ ਆਪ ਨੂੰ ਇੱਕ ਕੁਐਸਚਨ ਪਾਇਆ ਕਿ ਮੈਂ ਪਾਸਟ ਵਿੱਚ ਹੀ ਆਨਸਰ ਦਿੱਤਾ? ਇੱਦਾਂ ਦੀਆਂ ਚੀਜ਼ਾਂ ਨੋਟ ਕਰੋ,
ਟਾਸਕ ਰਿਸਪੋਂਸ ਖੁਦ ਦੇਖ ਸਕਦੇ ਹੋ ਕਿ ਜੋ ਮੈਂ ਕੁਐਸਚਨ ਪੜ੍ਹਿਆ ਸੀ ਆਨਸਰ ਮੈਂ ਸੇਮ ਦਿੱਤਾ ਹੁੰਦਾ, ਕੋਈ ਹੋਰ ਹੀ ਪਾਸੇ ਤਾਂ ਨਹੀਂ ਮੈਂ ਗੱਲਾਂ ਕਰਨ ਜਾ ਵੜਿਆ। ਇੱਦਾਂ ਦੀਆਂ ਚੀਜ਼ਾਂ ਤੁਸੀਂ ਸੈਲਫ ਸਟੱਡੀ ਦੇ ਵਿੱਚ ਆਪਦੇ ਵਿੱਚ ਦੇਖ ਸਕਦੇ ਹੋ, ਖੁਦ ਦੇਖ ਸਕਦੇ ਹੋ ਕਿ ਮੇਰਾ ਆਨਸਰ ਸਹੀ ਸੀਗਾ ਕਿ ਗਲਤ ਸੀਗਾ। ਸੋ ਜਿੰਨੇ ਵੀ ਤੁਹਾਡੇ ਕੋਲ 20 ਤੋਂ 21 ਦਿਨ ਹੈਗੇ ਆ ਕੱਲ੍ਹ ਤੋਂ ਸਪੀਕਿੰਗ ਦੀ, ਇਸੇ ਤਰ੍ਹਾਂ ਤਿਆਰੀ ਕਰਨੀ ਸ਼ੁਰੂ ਕਰ ਦਿਉ। ਸੋ ਬੈਸਟ ਆਫ ਲੱਕ, ਅਤੇ ਇਹ ਵੀਡੀਓ ਨੂੰ ਸ਼ੇਅਰ ਕਰੋ ਸਾਰਿਆਂ ਦੇ ਨਾਲ। ਓਕੇ ਗਾਇਸ, ਮਿਲਦੇ ਹਾਂ, ਟਿਲ ਐਂਡ ਟੇਕ ਕੇਅਰ, ਬਾਏ।